ਥਾਣਾ ਨਥਾਣਾ ਨੂੰ ਬਾਂਬਣਾ ਉਡਾਉਣ ਦੀ ਧਮਕੀ ਦੀ ਹੋ ਰਹੀ ਹੈ ਵੀਡੀਓ ਵਾਇਰਲ। DSP ਪ੍ਰਵੇਸ਼ ਚੋਪੜਾ ਨੇ ਕਿਹਾ ਇਹ ਬਿਲਕੁਲ ਫੇਕ ਖਬਰ ਆ। ਸੋਮਵਾਰ ਦੀ ਰਾਤ ਨੂੰ 9:30 ਦੇ ਲਗਭਗ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਇੱਕ ਵੀਡੀਓ ਜਾਰੀ ਅਤੇ DSP ਭੁੱਚੋ ਪ੍ਰਵੇਸ਼ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਥਾਣਾ ਨਥਾਣਾ ਨੂੰ ਬਾਂਬਣਾ ਉਡਾਉਣ ਦੀ ਧਮਕੀ ਦੀ ਇੱਕ ਜੋ ਆਪਣਾ ਸੋਸ਼ਲ ਮੀਡੀਆ ਖਬਰ ਚੱਲ ਰਹੀ ਹੈ ਉਹ ਬਿਲਕੁਲ ਫੇਕ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ, ਇਸ ਤਰ੍ਹਾਂ ਦੀ ਕੋਈ ਮਾਮਲਾ ਨਹੀਂ ਹੈ। ਆਹ ਉਸ ਨੂੰ ਸੁਣਾਉਂਦੇ ਕੀ ਕਹਿੰਦੇ ਨੇ DSP ਭੁੱਚੋ ਪ੍ਰਵੇਸ਼ ਚੋਪੜਾ। ਮੈਂ ਪ੍ਰਵੇਸ਼ ਚੋਪੜਾ, DSP ਭੁੱਚੋ, ਡਿਸਟ੍ਰਿਕਟ ਬਠਿੰਡਾ। ਜਿਹੜੀ ਅੱਜ ਇੱਕ ਨਿਊਜ਼ ਲੱਗੀ ਹੈ ਕਿ ਥਾਣਾ ਨਥਾਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਨਿਊਜ਼ ਬਿਲਕੁਲ ਬੇਬੁਨਿਆਦ ਅਤੇ ਝੂਠੀ ਹੈ। ਇਸਦਾ ਕੋਈ ਆਧਾਰ ਨਹੀਂ, ਨਾ ਹੀ ਕਿਸੇ ਨੇ ਕੋਈ ਧਮਕੀ ਦਿੱਤੀ ਹੈ ਕਿਸੇ ਨੂੰ, ਅਤੇ ਨਾ ਹੀ ਕਿਸੇ ਦਾ ਕੋਈ ਫੋਨ ਆਇਆ, ਅਤੇ ਇਹ ਬਿਲਕੁਲ ਝੂਠੀ ਨਿਊਜ਼ ਹੈ। ਮੈਂ ਸ਼ਹਿਰ ਵਾਸੀਆਂ ਨੂੰ, ਇਲਾਕਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਦਾਂ ਦੀ ਕਿਸੇ ਨਿਊਜ਼ 'ਤੇ ਕੋਈ ਯਕੀਨ ਨਾ ਕਰੋ, ਕਿਉਂਕਿ ਇਹ ਨਿਊਜ਼ ਸਰਾਸਰ ਗਲਤ ਹੈ। ਧੰਨਵਾਦ। ਜੈ ਹਿੰਦ।